ਵਾਹ ਜੀ ਗੋਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੇ ਆ। ਜਿਵੇਂ ਕਿ ਤੁਹਾਨੂੰ ਪਤਾ ਅੱਜ ਜਿਹੜਾ 5 ਤਰੀਕ ਨੂੰ ਪੂਰਾ ਕਿਸਾਨ ਜਥੇਬੰਦੀ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਉਹਨੂੰ ਪੂਰੇ ਜਿਹੜੇ ਪੰਜਾਬ ਵਿੱਚ ਵੀ ਪੂਰਾ ਸਮਰਥਨ ਮਿਲ ਰਿਹਾ। ਅੱਜ ਅਸੀਂ ਪਹੁੰਚੇ ਸ਼ਹਿਰ ਮਾਨਸਾ ਦੇ ਵਿੱਚ, ਇੱਥੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਤਸਵੀਰਾਂ, ਪੁਲ ਰੋਕਿਆ ਹੋਇਆ, ਪੂਰਾ ਮਾਨਸਾ ਸ਼ਹਿਰ ਬੰਦ ਪਿਆ, ਸਾਰੇ ਪਾਸੇ ਸੜਕਾਂ ਖਾਲੀ ਪਈਆਂ ਨੇ। ਕਿਸਾਨ ਇੱਥੇ ਬਹੁਤ ਗਿਣਤੀ ਵਿੱਚ ਪਹੁੰਚ ਰਹੇ ਆ। ਇਸ ਕੋਈ ਇੱਕ ਸਪੈਸ਼ਲ ਯੂਨੀਅਨ ਦਾ ਧਰਨਾ ਨਹੀਂ, ਇੱਥੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਕੋ ਰਲ ਕੇ ਇੱਕ ਪ੍ਰਦਰਸ਼ਨ ਕਰ ਰਹੀਆਂ ਨੇ ਅਤੇ ਉਹ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਪੂਰੇ ਜਿਹੜੇ ਧਰਨੇ ਦੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਰਹਾਂਗੇ ਅਤੇ ਗੱਲਬਾਤ ਕਰਾਂਗੇ ਇੱਥੇ ਪਹੁੰਚਣ ਵਾਲੇ ਕਿਸਾਨਾਂ ਦੇ ਨਾਲ। ਭਾਰਤ ਬੰਦ ਦਾ ਸੱਦਾ 346 ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਮਿਲ ਕੇ ਫੈਸਲਾ ਕੀਤਾ। ਉਹਨਾਂ ਦੀ ਤਾਲਮੇਲ ਜਿਹੜੀ ਕਮੇਟੀ ਹੈ ਉਸ ਨੇ ਫੈਸਲਾ ਕੀਤਾ। ਉਸ ਫੈਸਲੇ ਦੇ ਉੱਤੇ ਜਿੱਥੇ ਅੱਜ 31 ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਔਰ ਉਹਨਾਂ ਦੇ ਨਾਲ ਹੀ ਜਿਹੜੀਆਂ ਲੋਕ ਖੇਤਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਨੇ, ਬੇਸ਼ੱਕ ਮੈਡੀਕਲ ਪ੍ਰੈਕਟੀਸ਼ਨਰ ਨੇ, ਦੋਧੀ ਯੂਨੀਅਨ ਨੇ, ਹੋਰ ਵੱਖ ਵੱਖ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ, ਅਧਿਆਪਕਾਂ ਦੀਆਂ ਜਥੇਬੰਦੀਆਂ ਨੇ, ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਨੇ, ਔਰਤਾਂ ਦੀਆਂ ਜਥੇਬੰਦੀਆਂ ਨੇ, ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਉਹ ਸਾਰੀਆਂ ਜਿਹੜੀਆਂ ਹੈਗੀਆਂ ਨੇ ਪੂਰਨ ਰੂਪ ਦੇ ਵਿੱਚ ਜਿੱਥੇ ਜਿੱਥੇ ਸਪੋਰਟ ਬਣੇ ਨੇ। ਮਾਨਸਾ ਦੇ ਵਿੱਚ 9 ਸਪੋਰਟ ਨੇ, 9 ਦੇ 9 ਸਪੋਰਟਾਂ ਦੇ ਉੱਤੇ ਜਿਹੜਾ ਹੈਗਾ 12 ਵਜੇ ਜਿਹੜਾ ਹੈਗਾ ਬੰਦ ਕਰਤਾ ਆ, ਇਹ 4 ਵਜੇ ਤੱਕ ਰਹਿਣਾ। ਇੱਥੇ ਸਾਰੇ ਹੀ ਜਿਹੜੇ ਬੁਲਾਰੇ ਨੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਵੀ, ਕਿਸਾਨ ਜਥੇਬੰਦੀਆਂ ਦੇ ਵੀ, ਆਪਣੇ ਵਿਚਾਰ ਜਿਹੜੇ ਲੋਕਾਂ ਨਾਲ ਸਾਂਝੇ ਕਰਨਗੇ। ਜੋ ਮੋਦੀ ਸਰਕਾਰ ਇਹ ਸਾਰਾ ਕੁਝ ਕਰ ਰਹੀ ਹੈ ਇਸ ਨੂੰ ਨੰਗਾ ਕਰਨਗੇ, ਜੋ ਕਾਂਗਰਸ ਸਰਕਾਰ ਨੇ ਪੰਜਾਬ ਸਰਕਾਰ ਨੇ ਕੀਤਾ ਉਸ ਨੂੰ ਵੀ ਨੰਗਾ ਕਰਨਗੇ। ਕਿਸ ਤਰੀਕੇ ਦੇ ਨਾਲ ਗਵਰਨਰ ਨੇ ਜਿਹੜੇ ਆ ਹੁਣ ਤੱਕ ਪੰਜਾਬ ਸਰਕਾਰ ਨੇ ਜੋ ਪਿਛਲੇ ਇਹ ਖੇਤੀ ਕਾਨੂੰਨ ਰੱਦ ਕੀਤੇ ਆ, ਰੱਦ ਕਰਕੇ ਉਹਦੇ ਵਿੱਚ ਸੋਧ ਕਰਕੇ ਦੂਸਰੇ ਜਿਹੜੇ ਪਾਸ ਕੀਤੇ ਆ, ਉਹਨਾਂ ਪਾਸ ਕੀਤਿਆਂ ਨੂੰ ਗਵਰਨਰ ਸਾਹਿਬ ਹੀ ਅੱਜ ਦੱਬੀ ਬੈਠੇ ਆ, ਉਹਨਾਂ ਨੇ ਵੀ ਅੱਗੋਂ ਰਾਸ਼ਟਰਪਤੀ ਤੱਕ ਨਹੀਂ ਭੇਜੇ। ਔਰ ਜਿਸ ਤਰੀਕੇ ਦੇ ਨਾਲ ਜਿਹੜੇ MLAs ਨੇ ਉਹ ਮਤਲਬ ਦਿੱਲੀ ਦੇ ਵਿੱਚ ਬੈਠੇ ਨੇ, ਕਿਉਂਕਿ ਰਾਸ਼ਟਰਪਤੀ ਨੇ, ਕਿਸੇ ਵੀ ਕੇਂਦਰੀ ਮੰਤਰੀ ਨੇ, ਕਿਸੇ ਵੀ ਪ੍ਰਧਾਨ ਮੰਤਰੀ ਨੇ ਇਹਨਾਂ ਨੂੰ ਮਿਲਣ ਦਾ, ਇਹਨਾਂ ਦੀ ਗੱਲ ਸੁਣਨ ਦਾ ਜਿਹੜਾ ਆ ਉਹ ਕੋਈ ਸਮਾਂ ਨਹੀਂ ਦਿੱਤਾ। ਇਸ ਕਰਕੇ ਇਸ ਸੰਘਰਸ਼ ਨੇ ਮੈਂ ਸਮਝਦਾ ਹੋਰ ਆਉਣ ਵਾਲੇ ਸਮੇਂ 'ਚ ਵਿਸ਼ਾਲ ਰੂਪ, ਵਿਰਾਟ ਰੂਪ ਧਾਰਨ ਕਰਨਾ। ਇਸ ਕਰਕੇ ਸਰਕਾਰ ਨੂੰ ਮੈਂ ਕਹੂੰਗਾ ਇਹ ਚਾਹੀਦਾ ਕਿ ਸਰਕਾਰ ਕਿਸਾਨਾਂ ਦੀ, ਲੋਕਾਂ ਦੀ ਗੱਲ ਸੁਣੇ ਔਰ ਇਸ ਮਸਲੇ ਦਾ ਕੋਈ ਹੱਲ ਜਿਹੜਾ ਆ ਉਹ ਕੱਢੇ, ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਔਰ ਇੱਥੇ ਜੇ ਖੇਤੀ ਚਲੀ ਗਈ, ਕਿਸਾਨੀ ਚਲੀ ਗਈ ਤਾਂ ਕੋਈ ਵੀ ਵਰਗ ਜਿਹੜਾ ਆ ਉਹ ਸੌਖਾ ਆਪਣੀਆਂ ਗੁਜ਼ਰਬਾਸ਼ਰ ਨਹੀਂ ਕਰ ਸਕੂਗਾ। ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ, ਇਹਦੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੇ ਜਿਹੜੇ ਬਿਜ਼ਨਸ 'ਤੇ ਕੀ ਪ੍ਰਭਾਵ ਪਿਆ? ਤੁਹਾਨੂੰ ਲੱਗਦਾ ਕੋਈ ਪ੍ਰਭਾਵ ਪਿਆ, ਘਾਟਾ ਪਿਆ ਤੁਹਾਨੂੰ? ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੇ ਤਾਂ ਆਪਦੇ ਕਾਨੂੰਨ ਮੱਥ ਕੇ ਸਰਕਾਰ ਨੂੰ ਦੱਸਤੇ, ਸਰਕਾਰ ਨੇ ਵੀ ਫੈਸਲਾ ਲੈ ਲਿਆ ਵੀ ਇਹ ਕਾਨੂੰਨ ਲਾਗੂ ਕੀਤੇ ਜਾਣਗੇ। ਪਰ ਜਿਹੜਾ ਮੱਧ ਵਰਗ ਦਾ ਕਿਸਾਨ ਹੈ, ਛੋਟਾ ਕਿਸਾਨ ਹੈ, ਉਹ ਇਸ ਕਿੱਤੇ ਨਾਲ, ਖੇਤੀ ਦੇ ਕਿੱਤੇ ਨਾਲ ਜੁੜਿਆ ਹੋਇਆ, ਉਹ ਖੇਤੀ ਦੇ ਕਿੱਤੇ ਤੋਂ ਆਪਦਾ ਚੁੱਲ੍ਹਾ ਚਲਾਉਂਦਾ, ਆਪਦਾ ਢਿੱਡ ਪਾਲਦਾ। ਜੇਕਰ ਇਹ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਛੋਟਾ ਕਿਸਾਨ ਬਿਲਕੁਲ ਮਾਰਿਆ ਜਾਊਗਾ, ਮੱਧ ਵਰਗ ਦਾ ਕਿਸਾਨ ਹੈ ਜਿਹੜਾ ਉਹ ਵੀ ਮਾਰਿਆ ਜਾਊਗਾ, ਅਤੇ ਜਿਹੜਾ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਹੈ ਉਹ ਬਿਲਕੁਲ ਖਤਰੇ ਦੇ ਵਿੱਚ ਹੈ। ਜਿਹੜਾ ਲੋਕਤੰਤਰ ਹੈ, ਲੋਕ ਸਰਕਾਰ ਨੂੰ ਬਣਾਉਂਦੇ ਨੇ, ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ, ਇਸ ਚੀਜ਼ ਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ। ਜਿਹੜਾ ਅਸੀਂ ਅੱਜ ਇਹ ਬੰਦ ਦਾ ਸੱਦਾ ਦਿੱਤਾ ਉਸ ਤੋਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਲੋਕ ਇਹਨਾਂ ਕਾਨੂੰਨਾਂ ਤੋਂ ਬਿਲਕੁਲ ਖੁਸ਼ ਨਹੀਂ ਹਨ। ਇਸ ਕਰਕੇ ਜਿਹੜਾ ਸਾਡਾ ਇਹ ਸੰਘਰਸ਼ ਵਿੱਢਿਆ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਕਰਾਂਗੇ, ਕਿਉਂਕਿ ਸਰਕਾਰ ਨੇ ਹਜੇ ਤੱਕ ਕੋਈ ਇਹਨਾਂ ਕਿਸਾਨਾਂ ਦੀ, ਸਾਡੇ ਆਗੂਆਂ ਦੀ ਕੋਈ ਗੱਲਬਾਤ ਨਹੀਂ ਸੁਣੀ। ਇਸ ਕਰਕੇ ਅਸੀਂ ਆਪਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਜੋ ਵੀ ਸਾਨੂੰ ਸਾਡੇ ਆਗੂ ਗੱਲ ਦੱਸਣਗੇ ਉਹ 'ਤੇ ਅਸੀਂ ਫੁੱਲ ਚੜ੍ਹਾਵਾਂਗੇ, ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ। ਜਿਹੜਾ ਸਾਡੇ ਬੱਚਿਆਂ ਦਾ ਭਵਿੱਖ ਹੈ ਉਸ ਨੂੰ ਬਚਾਉਣ ਵਾਸਤੇ ਅਸੀਂ ਜਿਵੇਂ ਪਹਿਲਾਂ ਤੋਂ ਲੈ ਕੇ ਕਦੇ ਵੀ ਪੰਜਾਬ ਹੈ ਜਿਹੜਾ ਉਹ ਹਾਰਿਆ ਨਹੀਂ, ਸਿਕੰਦਰ ਵਰਗੇ ਇੱਥੇ ਆ ਕੇ ਵਾਗੇ। ਪਰ ਇਹ ਮੋਦੀ ਸਰਕਾਰ ਹੈ ਜਿਹੜੀ, ਇਹਨੇ ਇਹ ਕਾਲੇ ਕਾਨੂੰਨ ਲਿਆ ਕੇ ਬਹੁਤ ਗਲਤ ਕੰਮ ਕੀਤਾ ਹੈਗਾ। ਇਹ ਕਿਸਾਨਾਂ ਦੀ ਗੱਲ ਸੁਣੇ, ਉਹਦਾ ਕੋਈ ਹੱਲ ਲੱਭੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਧੰਨਵਾਦ। ਠੀਕ ਹੈ।